ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਅਸੀਂ ਸਮਝੀ ਬੈਠੇ ਹਾਂ ਕਿ ਅਸੀਂ ਆਜ਼ਾਦ ਹਾਂ ਤੇ ਮਨਮਰਜ਼ੀ ਕਰ ਸਕਦੇ ਹਾਂ ਪਰ ਇਹ ਸੱਚ ਨਹੀਂ ਅਸਲ ਵਿੱਚ ਅਸੀਂ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਜਕੜੇ ਹੋਏ ਹਾਂ ਇਹ ਬੰਧਨ ਜਾਂ ਜ਼ੰਜੀਰਾਂ ਜਿਸ ਨਾਲ ਅਸੀਂ ਜਕੜੇ ਹੋਏ ਹਾਂ ਇਹ ਕਿਸੇ ਹੋਰ ਦੀਆਂ ਕਾੜੀਆਂ ਹੋਈਆਂ ਨਹੀਂ ਹਨ ਬਲਕਿ ਆਪਣੀ ਅਗਿਆਨਤਾ ਦੁਆਰਾ ਗਲਤ ਕਰਮ ਕਰਦੇ ਹੋਏ ਹਾਂ ਅਚੇਤ ਇਨਿਤ ਨਵੇਂ ਕਰਮਾਂ ਦੀਆਂ ਜ਼ੰਜੀਰਾਂ ਘੜ ਘੜ ਕੇ ਬੰਦਨਾ ਵਿੱਚ ਜਕੜੇ ਜਾ ਰਹੇ ਹਾਂ ਅਤੇ ਆਪਣੀਆਂ ਪੁਰਾਣੀਆਂ ਜ਼ੰਜੀਰਾਂ ਨੂੰ ਹੋਰ ਸ਼ਕਤੀਮਾਨ ਬਣਾ ਰਹੇ ਹਾਂ ਇਹ ਬੰਧਨ ਜਾਂ ਜ਼ੰਜੀਰਾਂ ਕਿਹੜੀਆਂ ਹਨ ਜਿਸ ਨਾਲ ਅਸੀਂ ਆਪਣੇ ਆਪ ਨੂੰ ਜਕੜਿਆ ਹੋਇਆ ਹੈ ਗੁਰਮੁਖ ਪਿਆਰਿਆਂ ਨੇ ਦੋ ਗੁਰਬਾਣੀ ਵਿਚਾਰ ਦੇ ਲੇਖ ਇਸ ਵਿਸ਼ੇ ਤੇ ਲਿਖੇ ਹਨ ਪਹਿਲੇ ਭਾਗ ਵਿੱਚ ਅੱਠ ਤਰ੍ਹਾਂ ਦੇ ਬੰਧਨਾਂ ਦਾ ਜ਼ਿਕਰ ਕੀਤਾ ਹੈ ਜਿਸ ਵਿੱਚੋਂ ਚਾਰ ਤਰ੍ਹਾਂ ਦੇ ਬੰਧਨ ਆਪ ਜੀ ਨੂੰ ਪੜ ਕੇ ਸਰਵਣ ਕਰਾਵਾਂਗੇ ਉਮੇਦਾ ਬੰਧਨ ਮੈਂ ਮੇਰੀ ਦਾ ਬੰਧਨ ਸਰੀਰਕ ਬੰਧਨ ਜਿਸ ਵਿੱਚ ਸਾਡੀਆਂ ਆਦਤਾਂ ਦੇ ਜਿਹੜੇ ਬੰਧਨ ਹਨ ਉਹਨਾਂ ਦਾ ਵੀ ਜ਼ਿਕਰ ਹੈ ਤੇ ਚੌਥਾ ਹੈ ਕਰਮ ਕਾਂਡ ਤੇ ਵਹਿਮਾਂ ਦੇ ਬੰਧਨ ਇਹ ਚਾਰ ਤਰ੍ਹਾਂ ਦੇ ਬੰਧਨ ਆਪ ਜੀ ਨੂੰ ਅੱਜ ਦੀ ਲਿਖਤ ਵਿੱਚ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਬੰਧਨ ਛੁਟਣ ਭਾਗ ਪਹਿਲਾ ਪਰਮਾਤਮਾ ਸਵੈਭੰਗ ਤੇ ਕਰਤਾਪੁਰਖ ਹੋਣ ਕਰਕੇ ਕਿਸੇ ਬੰਧਨ ਵਿੱਚ ਨਹੀਂ ਹੈ ਉਹ ਸਹੀ ਤੌਰ ਤੇ ਆਪਣੀ ਮੋਜ ਵਿੱਚ ਪੂਰਨ ਆਜ਼ਾਦ ਅਤੇ ਬੇਪਰਵਾਹ ਹੈ ਇਹੋ ਜੇ ਆਜ਼ਾਦ ਅਤੇ ਬੇਪਰਵਾਹ ਪਰਮਾਤਮਾ ਦੀ ਅੰਸ਼ ਹੋਣ ਕਾਰਨ ਆਜ਼ਾਦੀ ਜੀਵ ਦਾ ਜੱਦੀ ਹੱਕ ਹੈ ਇਸੇ ਕਰਕੇ ਜੀਵ ਦੇ ਅੰਤਰ ਆਤਮੇ ਅਣਜਾਣੇ ਹੀ ਸਦਾ ਇਸ ਜੱਦੀ ਆਜ਼ਾਦੀ ਦੀ ਤਾਂਗ ਲੱਗੀ ਰਹਿੰਦੀ ਹੈ ਪਰ ਜੀਵ ਅਗਿਆਨਤਾ ਕਾਰਨ ਮਾਇਆ ਦੇ ਅਸਰ ਹੇਠ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ अनेका ਨੀਮੀਆ ਮਾਨਸਿਕ ਵਾਸ਼ਨਾਵਾਂ ਦੀ ਗੁਲਾਮੀ ਵਿੱਚ ਕਰਮ ਕਰਦੇ ਆ ਹੋਇਆ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ ਤੇ ਆਪਣੀ ਜਿੱਦੀ ਆਜ਼ਾਦੀ ਖੋਈ ਬੈਠਾ ਹੈ ਗੁਰਬਾਣੀ ਵਿੱਚ ਜੀਵ ਦੇ ਇਹਨਾਂ ਅਨੇਕ ਬੰਧਨਾਂ ਦਾ ਸਪਸ਼ਟ ਜ਼ਿਕਰ ਕੀਤਾ ਹੋਇਆ ਹੈ ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ ਮਮਤਾ ਮੋਸੋ ਬੰਧਨਾ ਪੁੱਤਰ ਕਲਤਰ ਸੋਤੰਦ ਹੋਮੇ ਵਿੱਚ ਜੀਓ ਬੰਧ ਹੈ ਨਾਮ ਨਾ ਵਸੇ ਮਨ ਆਏ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਭਰਮ ਪੁਲਾ ਸੰਸਾਰਾ ਭੂਲਿਓ ਮਨ ਮਾਇਆ ੁਰਝਾਇਓ ਜੋ ਜੋ ਕਰਮ ਕੀਓ ਲਾਲਚ ਲਗਤੇ ਤੈ ਆਪ ਬੰਧਾਇਓ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ तंदे तावत जग बा ना बूजे विचार अनक करम किए बहुतेरे जो की जैसो बंधन पैरे मन के अदक तरंग क्यों दर छुटी है कोट करम बंधन का मूल हर के भजन बिन बिरथा था पूल मन तंदे बांधा करम कमाए माया मूठा सदा बिल्लाए सरवर पंखी हेकड़ो फाही वाल पचास ए तन लहरी ਗੜthia ਸੱਚੇ ਤੇਰੀ ਆਸ ਭਾਵੇਂ ਅਸੀਂ ਸਮਝੀ ਬੈਠੇ ਹਾਂ ਕਿ ਅਸੀਂ ਆਜ਼ਾਦ ਹਾਂ ਤੇ ਮਨਮਰਜ਼ੀ ਕਰ ਸਕਦੇ ਹਾਂ ਪਰ ਇਹ ਸੱਚ ਨਹੀਂ ਅਸਲ ਵਿੱਚ ਅਸੀਂ ਕਈ ਪ੍ਰਕਾਰ ਦੇ ਬੰਧਨਾਂ ਵਿੱਚ ਜਕੜੇ ਹੋਏ ਹਾਂ ਅਸੀਂ ਸਾਰੇ ਜੀਵ ਅਤੇ ਸਾਰੀ ਸ੍ਰਿਸ਼ਟੀ ਕਰਤਾ ਪ੍ਰਕਿਰਤ ਦੀ ਗ੍ਰਿਤ ਹਾਂ ਅਤੇ ਉਸ ਦੇ ਇਲਾਹੀ ਹੁਕਮ ਬਾਣਾ ਕੁਦਰਤ ਦੀ ਰਜ਼ਾ ਵਿੱਚ ਬੱਦੇ ਹੋਏ ਹਾਂ ਸਿਵਾਏ ਇਨਸਾਨ ਦੇ 84 ਲੱਖ ਜੂਨਾ ਇਸ ਇਲਾਹੀ ਹੁਕਮ ਦੀ ਰਜ਼ਾ ਭਾਣਾ अथवा ਇੱਕ ਸੁਰਤਾ ਵਿੱਚ ਵਿਚਰਦਿਆਂ ਹਨ ਇਸੇ ਕਾਰਨ ਇਹਨਾਂ ਜੀਵਾਂ ਦਾ ਵਿਕਾਸ ਉੱਪਰ ਵੱਲ ਨੂੰ ਹੋ ਰਿਹਾ ਹੈ ਇਹਨਾਂ ਜੀਵਾਂ ਵਿੱਚ ਬੁੱਧੀ ਸੀਮਤ ਹੋਣ ਕਾਰਨ ਇਹ ਆਪਣੀ ਮਤ ਜਾਂ ਸਿਆਣਪ ਨਹੀਂ ਵਰਤ ਸਕਦੇ ਇਸੇ ਲਈ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹਨ ਅਤੇ ਭਾਣੇ ਤੋਂ ਬਾਹਰ ਨਹੀਂ ਜਾ ਸਕਦੇ ਪਰ ਇਨਸਾਨ ਨੂੰ ਰੱਬ ਨੇ ਵਿਸ਼ਾਲ ਤੇ ਤੀਖਣ ਬੁੱਧੀ ਬਖਸ਼ੀ ਹੈ ਅਸੀਂ ਇਸ ਤੀਖਣ ਬੁੱਧੀ ਦੀ ਆਪਣੇ ਮਨ ਦੀ ਰੰਗਤ ਅਤੇ ਸੰਸਕਾਰਾਂ ਦੇ ਅਸਰ ਹੇਠ ਆਪਣੀਆਂ ਉਕਤੀਆਂ, ਜੁਗਤੀਆਂ ਤੇ ਸਿਆਣਪਾਂ ਦੁਆਰਾ ਗਲਤ ਵਰਤੋ ਕਰਦੇ ਹਾਂ। ਇਸੇ ਤਰ੍ਹਾਂ ਅਸੀਂ ਕਰਮਬੱਧ ਹੋ ਕੇ ਆਪੂ ਕੜੇ ਸੰਸਕਾਰਾਂ ਦੇ ਬੰਦਨਾ ਵਿੱਚ ਫਸ ਕੇ ਦੁਖੀ ਹੋ ਰਹੇ ਹਾਂ। ਗੁਰੂ ਸਾਹਿਬਾਂ ਨੇ ਬਾਣੀ ਵਿੱਚ ਜੀਵ ਦੇ ਇਨ੍ਹਾਂ ਬੰਦਨਾ ਦੀ ਬਾਬਤ ਇਉਂ ਤਾੜਨਾ ਕੀਤੀ ਹੈ। ਮੇਰੇ ਜੀਅੜਿਆ ਪਰਦੇਸੀਆ ਕਿਤ ਪਵੇ ਜੰਜਾਲੇ ਰਾਂ ਜਾਲੀ ਰਹਿਂ ਜਾਲ ਦਿਨ ਹੁਆ ਜੇਤੀ ਕੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਾਸੇ ਛੂਟਸ ਮੂੜੇ ਕਵਨ ਗੁਣੀ ਫਿਰ ਫਿਰ ਫਾਈ ਫਾਸੇ ਕਉਆ ਫਿਰ ਪਛਤਾਨਾ ਆਪ ਕਿਆ ਹੁਆ ਗੁਰਬਾਣੀ ਅਤੇ ਹੋਰ ਅਨੇਕਾਂ ਮਹਾਪੁਰਖਾਂ ਦੀ ਤਾੜਨਾ ਦੇ ਬਾਵਜੂਦ ਜੀਵ ਕਈ ਕਿਸਮ ਦੇ ਬੰਦਨਾ ਵਿੱਚ ਫਸਿਆ ਹੋਇਆ ਹੈ ਪਰ ਇਹਨਾਂ ਬੰਦਨਾ ਤੋਂ ਅਣਜਾਣ ਹੋਣ ਕਾਰਨ ਇਨਸਾਨ ਇਹ ਸਮਝੀ ਬੈਠਾ ਹੈ ਕਿ ਮੈਂ ਆਜ਼ਾਦ ਹਾਂ ਤੇ ਮੈਨੂੰ ਕੋਈ ਬੰਧਨ ਨਹੀਂ ਹੈ ਇਸ ਲਈ ਇਹਨਾਂ ਮਾਨਸਿਕ ਬੰਧਨਾ ਤੋਂ छुटਣ ਦਾ ਕੋਈ ਉਪਰਾਲਾ ਵੀ ਨਹੀਂ ਕਰ ਰਿਹਾ ਬਲਕਿ ਆਪਣੀ ਅਗਿਆਨਤਾ ਦੁਆਰਾ ਗਲਤ ਕਰਮ ਕਰਦਾ ਹੋਇਆ ਅਚੇਤੀ ਨਿਤ ਨਵੇਂ ਕਰਮਾਂ ਦੀਆਂ ਜ਼ੰਜੀਰਾਂ ਘੜ-ਘੜ ਕੇ ਬੰਧਨਾ ਵਿੱਚ ਜਕੜਿਆ ਜਾ ਰਿਹਾ ਹੈ ਅਤੇ ਪੁਰਾਣੀਆਂ ਜ਼ੰਜੀਰਾਂ ਨੂੰ ਹੋਰ ਸ਼ਕਤੀਮਾਨ ਬਣਾ ਰਿਹਾ ਹੈ ਨਾਨਕ ਔਗਣ ਜੇਟੜੇ ਤੇ ਤੇ ਗਲੀ ਜੰਜੀਰ ਜੀਵ ਨੂੰ ਸੁਚੇਤ ਕਰਨ ਲਈ ਗੁਰਬਾਣੀ ਵਿੱਚ ਇਹਨਾਂ ਕਈ ਤਰ੍ਹਾਂ ਦੇ ਬੰਦਨਾਂ ਨੂੰ ਖੋਲ ਕੇ ਦਰਸਾਇਆ ਗਿਆ ਹੈ ਤੇ ਇਹਨਾਂ ਤੋਂ ਬਚਣ ਤੇ छुटਣ ਦੇ ਸਾਧਨ ਵੀ ਦੱਸੇ ਗਏ ਹਨ ਆਓ ਅਸੀਂ ਹੁਣ ਇਹਨਾਂ ਇਨਸਾਨੀ ਬੰਦਨਾ ਦੀਆਂ ਕੁਝ ਕਿਸਮਾਂ ਦੀ ਵਿਚਾਰ ਕਰੀ ਪਹਿਲਾ ਹੈ ਹਉਮੈ ਦਾ ਬੰਧਨ ਹਉਮੈ ਸਾਡੇ ਕਰਮਾਂ ਤੇ ਬੰਦਨਾ ਦਾ ਮੂਲ ਕਾਰਨ ਹੈ ਜੇ ਅਸੀਂ ਇਲਾਹੀ ਹੁਕਮ ਦੀ ਰਜ਼ਾ ਵਿੱਚ ਚੱਲਣ ਦੀ ਜਾਚ ਸਿੱਖ ਲਈਏ ਤਾਂ ਅਸੀਂ ਹਉਮੈਵੇੜੇ ਕਰਮਾਂ ਦੇ ਬੰਧਨਾਂ ਤੋਂ ਬਚ ਸਕਦੇ ਹਾਂ ਪਰ ਸਾਡੇ ਲਈ ਰਜ਼ਾ ਵਿੱਚ ਚੱਲਣਾ ਤਾਂ ਇੱਕ ਪਾਸੇ ਰਿਹਾ ਸਾਨੂੰ ਤਾਂ ਅਜੇ ਰੱਬੀ ਹੁਕਮ ਦੀ ਸੋਝੀ ਵੀ ਨਹੀਂ ਹੈ ਹਾਂਜੀ ਹਉਮੈ ਦੇ ਬੰਧਨਾਂ ਤੋਂ ਕਿਵੇਂ ਬਚ ਸਕਦੇ ਹਾਂ ਉਹ ਜਿਹੜਾ ਅੰਤਰਾਤਮੇ ਇਲਾਹੀ ਹੁਕਮ ਲਿਖਿਆ ਹੋਇਆ ਹੈ ਉਸ ਨੂੰ ਬੁੱਝ ਕੇ ਉਸ ਦੀ ਰਜ਼ਾ ਵਿੱਚ ਚੱਲਣਾ ਭਾਵੇਂ ਉਸ ਸੰਸਾਰ ਆਪਣੇ ਜੀਵਨ ਨੂੰ ਟਾਲਣਾ ਮਹਾਪੁਰਖਾਂ ਦੇ ਲਫ਼ਜ਼ਾਂ ਵਿੱਚ ਫਿਰ ਦੁਹਰਾ ਦਈ ਕਿ ਜੇ ਅਸੀਂ ਇਲਾਹੀ ਹੁਕਮ ਦੀ ਰਜ਼ਾ ਵਿੱਚ ਚੱਲਣ ਦੀ ਜਾਚ ਸਿੱਖ ਲਈਏ ਤਾਂ ਅਸੀਂ ਹੋਮੇਵੇੜੇ ਕਰਮਾਂ ਦੇ ਬੰਧਨਾਂ ਤੋਂ ਬਚ ਸਕਦੇ ਹਾਂ ਪਰ ਸਾਡੇ ਲਈ ਰਜ਼ਾ ਵਿੱਚ ਚੱਲਣਾ ਤਾਂ ਇੱਕ ਪਾਸੇ ਰਿਹਾ ਸਾਨੂੰ ਤਾਂ ਅਜੇ ਰੱਬੀ ਹੁਕਮ ਦੀ ਸੋਝੀ ਵੀ ਨਹੀਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਭੁਜੇ ਤਾਂ ਹੋਮੇ ਕਹਿ ਨਾ ਕੋਏ ਇਸੇ ਕਾਰਨ ਹੋਮੇ ਵਿੱਚ ਜੀਵ ਬੰਧ ਹੈ ਨਾਮ ਨ ਵਸੈ ਮਨ ਆਏ ਹਉ ਹਉ ਕਰਤ ਬੰਧਨ ਮੇ ਪਰਿਆ ਨੈ ਮਿਲੀਏ ਇਹ ਜੁਗਤਾ ਵਾਲੀ ਹਾਲਤ ਵਰਤ ਰਹੀ ਹੈ ਇਲਾਹੀ ਹੁਕਮ ਸਾਡੇ ਲਈ ਸੁਖਦਾਈ ਅਤੇ ਕਲਿਆਣ ਰੂਪ ਹੈ ਬਾਕੀ ਸਾਰੇ ਜੂਨਾ ਦੇ ਜੀਵ ਅਚੇਤੀ ਸਹਿ ਸੁਬਾਏ ਇਸ ਹੁਕਮ ਵਿੱਚ ਚੱਲ ਰਹੇ ਹਨ ਇਸ ਲਈ ਇਨਸਾਨਾਂ ਨਾਲੋਂ ਵੱਧ ਆਜ਼ਾਦ ਤੇ ਸੁਖੀ ਹਨ ਅਤੇ ਕਰਮ ਬੱਧ ਨਹੀਂ ਅਸਲ ਵਿੱਚ ਹਉਮੈ ਦਾ ਭਾਅ ਹੈ ਆਪਣੇ ਆਪ ਨੂੰ ਅਕਾਲ ਪੁਰਖ ਦੀ ਅੰਸ਼ ਸਮਝਣ ਦੀ ਥਾਂ ਇੱਕ ਅਡਰੀ ਹਸਤੀ ਸਮਝਣਾ ਇਹ ਜੀਵ ਆਪਣੀ ਹਉਮੈ ਵਿੱਚ ਹੀ ਜੰਮਦਾ ਹੈ ਹਉਮੈ ਵੇੜੇ ਕਰਮ ਕਰਦਾ ਹੋਇਆ ਜੰਜਾਲਾਂ ਵਿੱਚ ਫਸਦਾ ਤੇ ਕਾਲ ਦੇ ਵਸ ਪੈ ਕੇ ਆਵਾਗਮਨ ਦੇ ਢੀੜ ਵਿੱਚ ਫਸਿਆ ਰਹਿੰਦਾ ਹੈ ਇਹ ਸਰੀਰ ਮਾਇਆ ਦਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਆਉਣ ਜਾਣਾ ਜੰਮਣਾ ਮਰਨਾ ਮਨ ਮੁਖਪਤ ਗਵਾਈ ਦੁਖ ਸੁਖ ਇਹ ਜੀਓ ਬੰਧ ਹੈ ਹਉਮੈ ਕਰਮ ਕਮਾਏ ਬਾਂਦੇਓ ਆਪਨ ਹਉ ਹਉ ਬੰਦਾ ਦੋਸ਼ ਦੇਤ ਆਗੇ ਕੋ ਅੰਦਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜਮਿਆ ਹਉ ਵਿੱਚ ਮੂਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹਸੇ ਹਉ ਵਿੱਚ ਰੋਵੇ ਹੋਂ ਵਿੱਚ ਭਰੀ ਐ ਹੋਂ ਵਿੱਚ ਤੋਵੇ ਹੋਂ ਵਿੱਚ ਜਾਤੀ ਜਿੰਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤ ਉਪਾਇਆ ਹੋਂ ਮੈਂ ਬੂਝੇ ਤਾਦਰ ਸੂਝੇ ਗਿਆਨ ਵੀ ਹੋਣਾ ਕਥ ਕਥ ਲੂਝੇ ਨਾਨਕ ਹੁਕਮੀ ਲਿਖਿਐ ਲੇਖ ਜੇਹਾ ਵੇਖੈ ਤੇ ਹਾ ਵੇਖ ਹੋਂ ਮੈਂ ਇਹਾ ਜਾਤ ਹੈ ਹੋਂ ਮੈਂ ਕਰਮ ਕਮਾਏ हो मैं यही ना फिर फिर जो नहीं पाए हों मैं अंदर खड़के खड़के खड़क वे आए हों मैं वड्डा रोग है मर जम्मे आवे जाए पूजा अर्चा बंधन डंडोत कर मारत रहता हों हाँ, हाँ करत बंधन में परिया न मिली है एगता हों हाँ हाउ कमाने ते ते बंद गलाने दूसरा है मैं मेरी ਅਤਵਾ ਹਉਮੈ ਦੀ ਭਾਵਨਾ ਦੇ ਬੰਧਨ ਮੈਂ ਮੇਰੀ ਦਾ ਖਿਆਲ ਹਉਮੈ ਵਿੱਚੋਂ ਹੀ ਉਪਜਦਾ ਹੈ ਮੈਂ ਮੇਰੀ ਦੀ ਭਾਵਨਾ ਦਿਨ ਰਾਤ ਸੁਪਨੇ ਵਿੱਚ ਵੀ ਸਾਡੇ ਨਾਲ ਚਿਮੜੀ ਰਹਿੰਦੀ ਹੈ ਹਾਂਜੀ ਮੈਂ ਮੇਰੀ ਦੀ ਭਾਵਨਾ ਦਿਨ ਰਾਤ ਇਥੋਂ ਤੱਕ ਕਿ ਸੁਪਨੇ ਵਿੱਚ ਵੀ ਸਾਡੇ ਨਾਲ ਚਿਮੜੀ ਰਹਿੰਦੀ ਹੈ ਇਸ ਹਉਮੈ ਵੀੜੀ ਭਾਵਨਾ ਦੀਨ ਅਸੀਂ ਕਰਮ ਕਰਦੇ ਤੇ ਨਤੀਜੇ ਭੁਗਤਦੇ ਹੋਏ ਦੁਖੀ ਹੁੰਦੇ ਰਹਿੰਦੇ ਹਾਂ ਭਲੀ ਭਾਂਤ ਜਾਣਦਿਆਂ ਹੋਇਆ ਕਿ ਇਹ ਸ਼ਰੀਰ ਇਹ ਮਾਲ ਤਨ ਸਾਖ ਸੰਬੰਧੀ ਜ਼ਮੀਨ ਜਾਇਦਾਦ ਸਭ ਕੁਝ ਨਾਸ਼ਵਾਨ ਹਨ ਅਤੇ ਇਹਨਾਂ ਵਿੱਚੋਂ ਕੁਝ ਵੀ ਨਾਲ ਨਹੀਂ ਜਾਣਾ ਫਿਰ ਵੀ ਜੀਵ ਇਹਨਾਂ ਨੂੰ ਆਪਣਾ ਸਮਝ ਕੇ ਜਫਾ ਪਾਈ ਬੈਠਾ ਹੈ ਤੇ ਮੈਂ ਮੇਰੀ ਦੇ ਬੰਦਰਾਂ ਵਿੱਚ ਜਕੜਿਆ ਹੋਇਆ ਹੈ ਇਹਨਾਂ ਬਿਨ ਸੰਹਾਰ ਪਦਾਰਥਾਂ ਉੱਤੇ ਆਪਣਾ ਤੇ ਜਿਤਾਉਣੀ ਸਾਡੇ ਮਾਨਸਿਕ ਪਰਮਪੁਲੇਖੇ ਦਾ ਸਿਟਾ ਹੈ ਹਾਂਜੀ ਫਿਰਦੋਰਾ ਦੇ ਭਲੀ ਭਾਂਤ ਜਾਣਦਿਆਂ ਹੋਇਆ ਕਿ ਇਹ ਸ਼ਰੀਰ, ਇਹ ਮਾਲ, ਤਨ, ਸਾਖ ਸੰਬੰਧੀ ਜ਼ਮੀਨ ਜਾਇਦਾਦ ਸਭ ਕੁਝ ਨਾਸ਼ਵਾਨ ਹਨ ਅਤੇ ਇਹਨਾਂ ਵਿੱਚੋਂ ਕੁਝ ਵੀ ਨਾਲ ਨਹੀਂ ਜਾਣਾ ਫਿਰ ਵੀ ਜੀਵ ਇਹਨਾਂ ਨੂੰ ਆਪਣਾ ਸਮਝ ਕੇ ਜਫਾ ਪਾਈ ਬੈਠਾ ਹੈ ਤੇ ਮੈਂ ਮੇਰੀ ਦੇ ਬੰਦਰਾਂ ਵਿੱਚ ਜਕੜਿਆ ਹੋਇਆ ਹੈ ਇਹਨਾਂ ਬਿਨਸਨਹਾਰ ਪਦਾਰਥਾਂ ਉੱਤੇ ਆਪਣਾ ਤੇ ਜਿਤਾਵਣੀ ਸਾਡੇ ਮਾਨਸਿਕ ਭਰਮ ਭੁਲੇਖੇ ਦਾ ਸਿਟਾ ਹੈ ਦੂਜੇ ਲਫ਼ਜ਼ਾਂ ਵਿੱਚ ਮੈਂ ਮੇਰੀ ਦਾ ਡ੍ਰਿੜ ਹੋਇਆ ਨਿਸ਼ਚਾ ਹੀ ਜੀਵ ਦੇ ਸਾਰੇ ਦੁੱਖਾਂ ਕਲੇਸ਼ਾਂ ਫਿਕਰ ਚਿੰਤਾ ਆਦੀ ਦਾ ਮੂਲ ਕਾਰਨ ਹੈ ਹਾਂਜੀ ਇਹ ਜਿਹੜੀ ਚਿੰਤਾ ਉਪਜਦੀ ਹੈ ਫਿਕਰ ਜਾਂ ਦੁੱਖ ਕਲੇਸ਼ ਆਉਂਦੇ ਹਨ ਇਸ ਦਾ ਮੂਲ ਕਾਰਨ ਇਸ ਦੀ ਜੜ ਕੀ ਹੈ ਦੂਜੇ ਲਫ਼ਜ਼ਾਂ ਵਿੱਚ ਮੈਂ ਮੇਰੀ ਦਾ ਦ੍ਰਿੜ ਹੋਇਆ ਨਿਸ਼ਚੈ ਹੀ ਜੀਵ ਦੇ ਸਾਰੇ ਦੁੱਖਾਂ ਕਲੇਸ਼ਾਂ ਫਿਕਰ ਚਿੰਤਾ ਆਦੀ ਦਾ ਮੂਲ ਕਾਰਨ ਹੈ ਇਹ ਤਨ ਸੰਪੇ ਮਾਇਆ ਝੂਠੀ ਅੰਤ ਛੋੜ ਚਲੇ ਆ ਪਛਤਾਈ ਮੇਰਾ ਮੇਰਾ ਕਰ ਕਰ ਵੀ ਗੂਤਾ ਆਤਮ ਨਾ ਚੀਨੇ ਪਰਮੇ ਵਿੱਚ ਸੂਤਾ ਬੰਧਨ ਅੰਧਕੂਪ ਗ੍ਰਹਿ ਮੇਰਾ ਮੇਰਾ ਤੇਰਾ ਜਾਣਤਾ ਤਬਹੀ ਤੇ ਬੰਦਾ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਮੇਰੀ ਮੇਰੀ ਕਰ ਕਰ ਮੂਠੋਂ ਪਾਪ ਕਰਤ ਨੇ ਪਰਿਦੇਆ ਮੇਰੀ ਮੇਰੀ ਧਾਰੀ ਉਹਾ ਪੈਰ ਲੋਹਾਰੀ ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚ ਮੂਏ ਹੋਮੇ ਕਰਤ ਵਿਆਏ ਤੀਸਰਾ ਹੈ ਸ਼ਰੀਰਕ ਬੰਧਨ ਸ਼ਰੀਰ ਆਪਣੇ ਆਪ ਕੋਈ ਕਰਮ ਨਹੀਂ ਕਰ ਸਕਦਾ ਇਹ ਸਾਡੇ ਖਿਆਲਾਂ ਭਾਵਨਾਵਾਂ ਵਲਵਲਿਆਂ ਅਤੇ ਆਦਤਾਂ ਦੇ ਪ੍ਰਗਟਾਵੇ ਦਾ ਸਾਧਨ ਹੈ ਹਾਂਜੀ ਸ਼ਰੀਰ ਆਪਣੇ ਆਪ ਕੋਈ ਕਰਮ ਨਹੀਂ ਕਰ ਸਕਦਾ ਇਹ ਸਾਡੇ ਖਿਆਲਾਂ ਭਾਵਨਾਵਾਂ ਬਲਵਲਿਆਂ ਅਤੇ ਆਦਤਾਂ ਦੇ ਪ੍ਰਗਟਾਵੇ ਦਾ ਸਾਧਨ ਹੈ ਕਿਸੇ خیال ਜਾਂ ਕਰਮ ਨੂੰ ਸ਼ਰੀਰ ਦੁਆਰਾ ਮੋੜ-ਮੋੜ ਕੇ ਅਭਿਆਸ ਕੀਤਾ ਜਾਵੇ ਤਾਂ ਸ਼ਰੀਰ ਨੂੰ ਉਸ ਕਰਮ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਕਰਮ ਸਾਡਾ ਸੁਭਾਅ ਬਣ ਜਾਂਦਾ ਹੈ ਜੇਕਰ ਅਸੀਂ ਇਹਨਾਂ ਬੇਲੋੜੀਆਂ ਤੇ ਹਾਨੀਕਾਰਕ ਹਰਕਤਾਂ ਨੂੰ ਰੋਕਣਾ ਵੀ ਚਾਹੀਏ ਤਾਂ ਵੀ ਸਰੀਰ ਆਪਣੀਆਂ ਦ੍ਰਿੜ ਹੋਈਆਂ ਆਦਤਾਂ ਅਨਸਾਰ ਸਹਿਜ ਸੁਭਾਏ ਅਣਜਾਣੇ ਹੀ ਉਹ ਹਰਕਤਾਂ ਕਰਦਾ ਰਹਿੰਦਾ ਹੈ ਇਸ ਤਰ੍ਹਾਂ ਅਸੀਂ ਆਪੋਂ ਘੜੀਆਂ ਹੋਈਆਂ ਆਦਤਾਂ ਦੇ ਗੁਲਾਮ ਬਣ ਜਾਂਦੇ ਹਾਂ ਜਿਨ੍ਹਾਂ ਤੋਂ छुटਕਾਰਾ ਹੋਣਾ ਕਠਿਨ ਹੈ ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਕੁਝ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਕਿ ਕਿਵੇਂ ਅਸੀਂ ਆਪਣੀਆਂ ਆਦਤਾਂ ਦੇ ਗੁਲਾਮ ਬਣ ਚੁੱਕੇ ਹਾਂ ਮਨੁੱਖਾ ਜਨਮ ਦੁਰਲੱਭ ਤੇ ਅਨਮੋਲ ਹੈ ਇਸ ਦੀ ਦੇਖਭਾਲ ਕਰਨਾ ਇਸ ਨੂੰ ਰੋਗ ਰਹਿਤ ਰੱਖਣਾ ਤੇ ਰिष्टपुष्ट ਬਣਾ ਕੇ ਕੁਦਰਤ ਅਨਸਾਰ ਇਸ ਤੋਂ ਉਚਿਤ ਕੰਮ ਲੈਣਾ ਸਾਡਾ ਮੰਤਵ ਹੈ ਪਰ ਅਸੀਂ ਸਾਦਾ ਤੇ ਪੋਸ਼ਟਿਕ ਖੁਰਾਕ ਦੀ ਥਾਂ ਚਟਪਟੇ ਮਸਾਲੇਦਾਰ ਅਤੇ ਸਵਾਦਲੇ ਪਦਾਰਥ ਖਾਣ ਦੇ ਆਦੀ ਹੋ ਰਹੇ ਹਾਂ ਜਿਸ ਤਰ੍ਹਾਂ ਕੇ ਪਰੌਂਠੇ ਪੂਰੀਆਂ ਕਚੌਰੀਆਂ ਸਮੋਸੇ ਪਕੌੜੇ ਅਚਾਰ ਚਟਣੀਆਂ ਮਾਸਾਦੀ ਜੋ ਕਿ ਸਾਡੀ ਸਿਹਤ ਲਈ ਹਾਨੀਕਾਰਕ ਹਨ ਜੇਕਰ ਸਾਨੂੰ ਪਤਾ ਵੀ ਲੱਗ ਜਾਵੇ ਕਿ ਇਹ ਹਾਨੀਕਾਰਕ ਹਨ ਅਤੇ ਇਹਨਾਂ ਨੂੰ ਛੱਡਣਾ ਚਾਹੀਦਾ ਹੈ ਤਾਂ ਵੀ ਇਹਨਾਂ ਦਾ ਤਿਆਗ ਨਹੀਂ ਕਰ ਸਕਦੇ ਇਸ ਤਰ੍ਹਾਂ ਅਸੀਂ ਰਸਨਾ ਦੀ ਚੇਸ਼ਟਾ ਦੇ ਗੁਲਾਮ ਬਣ ਜਾਂਦੇ ਹਾਂ ਜਿਸ ਨਾਲ ਕਈ ਕਿਸਮਾਂ ਦੀਆਂ ਬਿਮਾਰੀਆਂ ਸਹੇੜ ਲੈਂਦੇ ਹਾਂ ਹਾਂਜੀ ਜੇਕਰ ਸਾਨੂੰ ਪਤਾ ਵੀ ਲੱਗ ਜਾਵੇ ਕਿ ਇਹ ਚਟਪਟੇ ਤੇ ਮਸਾਲੇਦਾਰ ਤੇ ਸਵਾਦਲੇ ਪਦਾਰਤ ਪਰੌਂਠੇ ਪੂਰੀਆਂ ਕਚੋਰੀਆਂ ਸਮੋਸੇ ਪਕੌੜੇ ਆਚਾਰ ਚਟਣੀਆਂ ਤੇ ਮਾਸਾ ਦੀ ਸਾਡੀ ਸਿਹਤ ਲਈ ਆਣੀ ਕਾਰਖਾਨ ਤੇ ਇਹਨਾਂ ਨੂੰ ਛੱਡਣਾ ਚਾਹੀਦਾ ਹੈ ਤਾਂ ਵੀ ਇਹਨਾਂ ਦਾ ਤਿਆਗ ਨਹੀਂ ਕਰ ਸਕਦੇ ਕਿਉਂਕਿ ਅਸੀਂ ਰਸਨਾ ਦੀ ਚੇਸ਼ਟਾ ਦੇ ਗੁਲਾਮ ਬਣ ਗਏ ਜਿਸ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਸਹਿਣ ਲੈਂਦੇ ਹਾਂ ਇਸੇ ਤਰ੍ਹਾਂ ਸ਼ਰਾਬ अथवा ਤੰਬਾਕੂ ਆਦੀ ਨਸ਼ੀਲੀਆਂ ਵਸਤੂਆਂ ਦੇ ਸੇਵਨ ਕਰਨ ਦੀ ਆਦਤ ਪੈ ਜਾਂਦੀ ਹੈ ਜਿਸ ਦੇ ਹਾਨੀਕਾਰਕ ਨਤੀਜੇ ਭੁਗਤਦੇ ਹੋયા ਵੀ ਇਹਨਾਂ ਨੂੰ ਛੱਡ ਨਹੀਂ ਸਕਦੇ ਅਤੇ ਆਪੋਂ ਸਹੀੜੀ ਹੋਈ ਇਹਨਾਂ ਦੀ ਗੁਲਾਮੀ ਵਿੱਚ ਜਕੜੇ ਰਹਿੰਦੇ ਹਨ ਤੇ ਦੁੱਖ ਕਲੇਸ਼ ਬਿਮਾਰੀਆਂ ਆਦੀ ਭੋਗਦੇ ਹਨ ਕਈ ਕਿਸਮਾਂ ਦੇ ਅੰਮਲਾਂ ਵਿੱਚ ਵੀ ਕਈ ਜੀਵ ਜਕੜੇ ਹੋਏ ਹਨ ਜਿਹਾ ਕਿ ਅਫੀਮ ਚਰਸ ਗਾਂਜਾ ਸੁਖਾ ਹੀਰੋਇਨ ਨਸ਼ੀਲੀਆਂ ਗੋਲੀਆਂ ਆਦਿ ਜੋ ਸਾਡੇ ਜੀਵਨ ਨੂੰ ਤਬਾਹ ਕਰ ਰਹੇ ਹਨ ਪੱਛਮੀ ਦੇਸ਼ਾਂ ਦੀ ਅਖੌਤੀ ਨਵੀਨ ਸਭਿਅਤਾ ਵੀ ਇਸ ਨਸ਼ੀਲੀ ਗੁਲਾਮੀ ਤੋਂ ਬਚ ਨਹੀਂ ਸકી ਅਤੇ ਉਹ ਹੋਰ ਨਾਂ ਦੇਸ਼ਾਂ ਦੀ ਅਗਵਾਈ ਕਰ ਰਹੇ ਹਨ ਕਈ ਜੀਵ ਨੀਵੀਆਂ ਵਾਸ਼ਨਾਵਾਂ ਦੀ ਗੁਲਾਮੀ ਵਿੱਚ ਫਸ ਕੇ ਕਈ ਕਿਸਮ ਦੇ ਪਾਪ ਕਮਾਉਂਦੇ ਹਨ ਭਾਉ ਚਮੜੀ ਦਾ ਸੁਖ ਕਾਮਾ ਦੇ ਤੇ ਲਾਇਲਾਜ ਬਿਮਾਰੀਆਂ ਸਹਿਣ ਲੈਂਦੇ ਹਨ ਜਿਸ ਨਾਲ ਆਪਣਾ ਅਮੋਲਕ ਜੀਵਨ ਤਬਾਹ ਕਰ ਰਹੇ ਹਨ ਇਹ ਵਾਸ਼ਨਾਵਾਂ ਸਰਬ ਵਿਆਪੀ ਹਨ ਕਿਉਂਕਿ ਹਰ ਇੱਕ ਕੌਮ ਜਾਤ ਪਾ ਦੇਸ਼ਾਂ ਦੇ ਇਨਸਾਨ ਇਨ੍ਹਾਂ ਵਾਸ਼ਨਾਵਾਂ ਦੀ ਗੁਲਾਮੀ ਵਿੱਚ ਬੁਰੀ ਤਰ੍ਹਾਂ ਜਕੜੇ ਹੋਏ ਹਨ ਅਤੇ ਇਨ੍ਹਾਂ ਵਿੱਚ ਖਚਤ ਹੋ ਕੇ ਇਨਸਾਨ ਅਤਿਅੰ ਦੁੱਖ ਕਲੇਸ਼ ਭੋਗਦੇ ਹੋਏ ਵੀ ਇਨ੍ਹਾਂ ਤੋਂ ਬਚ ਨਹੀਂ ਸਕਦੇ ਸੁਰਖਰੂ ਨਹੀਂ ਹੋ ਸਕਦੇ ਅਤੇ ਨਰਕਮਈ ਜੀਵਨ ਭੋਗਦੇ ਹਨ ਨੀਵੀਆਂ ਰੁਚੀਆਂ ਤੇ ਵਾਸ਼ਨਾਵਾਂ ਦੇ ਮੁੜ-ਮੁੜ ਭੋਗਣ ਨਾਲ अथवा ਅਭਿਆਸ ਕਰਦਿਆਂ ਹੋਇਆਂ ਇਹ ਸ਼ਕਤੀਮਾਨ ਹੋ ਜਾਂਦੀਆਂ ਹਨ ਇਹ ਸ਼ਕਤੀਮਾਨ ਵਾਸ਼ਨਾਵਾਂ ਸਾਡੇ ਮਨ ਉਤੇ ਇਤਨਾ قبضہ ਕਰ ਲੈਂਦੀਆਂ ਹਨ ਕਿ ਸਾਡੀ ਸੋਚ ਵਿਚਾਰ ਗਿਆਨ ਧਿਆਨ ਕਰਮ ਕਿਰਿਆ ਵੀ ਇਹਨਾਂ ਸ਼ਕਤੀਮਾਨ ਸੰਸਕਾਰਾਂ ਨੂੰ ਕਾਬੂ ਕਰਨ ਤੋਂ ਅਸਮਰੱਥ ਹਨ ਹਾਂਜੀ ਜਿਹੜੀਆਂ ਵੀ ਨੀਵੀਆਂ ਰੁਚੀਆਂ ਜਾਂ ਇਹ ਵਾਸ਼ਨਾਵਾਂ ਦਾ ਸੀ ਅਭਿਆਸ ਕਰਦੇ ਹਾਂ ਇਤਨੀ ਸ਼ਕਤੀਮਾਨ ਹੋ ਕੇ ਸਾਡੇ ਮਨ ਉਤੇ ਕਬਜ਼ਾ ਕਰ ਲੈਂਦੀਆਂ ਹਨ ਕਿ ਸਾਡੀ ਸੋਚ ਵਿਚਾਰ ਗਿਆਨ ਧਿਆਨ ਕਰਮ ਕਿਰਿਆ ਵੀ ਇਨ੍ਹਾਂ ਸ਼ਕਤੀਮਾਨ ਸੰਸਕਾਰਾਂ ਨੂੰ ਕਾਬੂ ਕਰਨ ਤੋਂ ਅਸਮਰਥ ਹਨ ਇਸੇ ਤਰ੍ਹਾਂ ਸਾਡੀ ਉੱਚ ਵਿਦਿਆ ਵਿਗਿਆਨ ਅਤੇ ਫਿਲਾਸਫੀਆਂ ਵੀ ਇਨ੍ਹਾਂ ਸ਼ਕਤੀਮਾਨ ਵਾਸ਼ਨਾਵਾਂ ਨੂੰ ਕਾਬੂ ਨਹੀਂ ਕਰ ਸਕਦੀ ਬਲਕਿ ਜਿਉਂ-ਜਿਉਂ ਅਖੌਤੀ ਨਵੀਨ ਸਭਿਅਤਾ ਤਰੱਕੀ ਕਰੀ ਜਾਂਦੀ ਹੈ ਤਿਉਂ ਤਿਉਂ ਸਾਡੀਆਂ ਵਾਸ਼ਨਾਵਾਂ ਵੀ ਹੋਰ ਸੂਖਮ ਤੇ ਵਿਕਸਤ ਹੋ ਰਹੀਆਂ ਹਨ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬੰਦਿਆ ਸਭ ਜਗ ਪਵੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਕਤੀਮਾਨ ਹੋਈਆਂ ਨੀਵੀਆਂ ਵਾਸ਼ਨਾਵਾਂ ਤੇ ਕਾਬੂ ਪਾਉਣ ਲਈ ਸਾਡੇ ਅਜੋਕੇ ਧਰਮ ਵੀ ਅਸਮਰਥ ਹੋ ਗਏ ਹਨ ਬਲਕਿ ਧਰਮ ਦੀ ਆੜ ਵਿੱਚ ਇਹ ਵਾਸ਼ਨਾਵਾਂ ਵੱਧ ਫੁੱਲ ਰਹੀਆਂ ਹਨ ਵਿਖੇ ਵਿਖੇ ਕੀ ਬਾਸਨਾ ਤਜੀਏ ਨਹੀਂ ਜਾਈ ਅਨਕ ਜਤਨ ਕਰ ਰਾਖੀ ਹੈ ਫਿਰ ਫਿਰ ਲਪਟਾਈ ਇੱਕ ਹੋਰ ਭੈੜੀ ਆਦਤ ਜਿਸ ਦੇ ਅਸੀਂ ਗੁਲਾਮ ਬਣੀ ਜਾ ਰਹੇ ਹਾਂ ਕਈਆਂ ਨੂੰ ਹਰ ਗੱਲ ਨਾਲ ਕੋਈ ਬੇਮਾਨੇ ਲਫ਼ਜ਼ ਜੋੜਨ ਜਾਂ ਗਾਲ ਕੱਢਣ ਦੀ ਆਦਤ ਪੈ ਜਾਂਦੀ ਹੈ ਜਿਸ ਨੂੰ ਤਕੀਆ ਕਲਾਮ ਕਿਹਾ ਜਾਂਦਾ ਹੈ ਇਹ ਬੇਲੋੜੇ ਤੇ ਹਾਸੂ ਹੀਣੇ ਲਫ਼ਜ਼ ਸਾਡੀ ਗੁਫ਼ਤਾਰਤ ਵਾ ਬੋਲੀ ਨੂੰ ਵੀ ਹਾਸੂ ਹੀਣਾ ਬਣਾ ਦਿੰਦੇ ਹਨ ਮਿਸਾਲ ਦੇ ਤੌਰ ਤੇ ਇੱਕ ਵਡੇਰੀ ਉਮਰ ਦਾ ਡਾਕਟਰ ਸੰਗਤ ਵਿੱਚ ਆਇਆ ਉਹ ਆਪਣੀ ਆਦਤ ਅਨਸਾਰ ਹਰ ਗੱਲ ਨਾਲ ਇੱਕ ਨੰਗੀ ਗਾਲ ਸ਼ਾਮਲ ਕਰਦਾ ਸੀ ਜਦ ਉਸ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਗਿਆ ਤਾਂ ਉਹ ਝਟ ਗਾਲ ਕੱਢ ਕੇ ਬੋਲਿਆ ਕਿਹੜਾ ਗਾਲਾਂ ਕੱਢਦਾ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਸਿਆਣੇ ਬਿਆਣੇ ਡਾਕਟਰ ਨੂੰ ਇਹਨਾਂ ਨੰਗੀਆਂ ਗਾਲਾਂ ਦਾ ਅਹਿਸਾਸ ਹੀ ਨਹੀਂ ਸੀ ਰਿਹਾ ਉਹ ਆਪਣੀ ਸભ્યਤਾਹੀਣ ਗੰਦੀ ਆਦਤ ਦਾ ਇਤਨਾ ਆਦੀ ਹੋਇਆ ਸੀ ਕਿ ਗਾਲ ਕੱਢਣੀ ਉਸ ਦੇ ਜੀਵਨ ਦਾ ਅੰਗ ਬਣ ਗਿਆ ਸੀ ਪਿੰਡਾਂ ਵਿੱਚ ਤਾਂ ਲੋਕੀ ਗਾਲ ਕੱਢੇ ਬਗੈਰ ਕੋਈ ਗੱਲ ਨਹੀਂ ਕਰ ਸਕਦੇ ਜਿਸ ਤੋਂ ਸਾਡੀ ਨੀਵੀਂ ਸਭਿਅਤਾ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਜਿਸ ਦਾ ਅਸਰ ਅਗਲੀਆਂ ਪੀੜ੍ਹੀਆਂ ਉੱਤੇ ਪੈਣਾ ਵੀ ਲਾਜ਼ਮੀ ਹੈ ਧਿਆਨ ਦੇਣਾ ਜੀ ਇਹ ਜੋ ਅਸੀਂ ਗੰਧੀਆਂ ਗਾਲਾਂ ਕੱਢਦੇ ਹਾਂ ਕਦੀ ਸੋਚਦੇ ਵੀ ਨਹੀਂ ਕਿ ਇਸ ਦਾ ਮਤਲਬ ਕੀ ਹੈ ਜਦੋਂ ਅਸੀਂ ਮਤਲਬ ਵਿਚਾਰਾਂਗੇ ਕਿ ਅਸੀਂ ਮੂੰਹ ਰਾਈ ਕਹਿ ਕੀ ਰਹੀਆਂ ਸਾਨੂੰ ਆਪ ਨੂੰ ਵੀ ਸ਼ਰਮ ਆਏਗੀ ਸੋ ਪਿੰਡਾਂ ਵਿੱਚ ਤਾਂ ਲੋਕੀ ਗਾਲ ਕੱਢੇ ਬਗੈਰ ਕੋਈ ਗੱਲ ਹੀ ਨਹੀਂ ਕਰ ਸਕਦੇ ਇਸ ਤੋਂ ਸਾਡੀ ਨੀਵੀਂ ਸਭਿਅਤਾ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਜਿਸ ਦਾ ਅਸਰ ਅਗਲੀਆਂ ਪੀੜ੍ਹੀਆਂ ਉੱਤੇ ਵੀ ਪੈਣਾ ਲਾਜ਼ਮੀ ਹੈ ਉੱਪਰ ਲੀਆਂ ਮਿਸਾਲਾਂ ਦੱਸ ਦੀਆਂ ਹਨ ਕਿ ਅਸੀਂ ਆਪੋਂ ਘੜੀਆਂ ਆਦਤਾਂ ਦੀ ਗੁਲਾਮੀ ਵਿੱਚ ਬੇਵੱਸ ਹੋਏ ਜਿਸ ਦਾ ਸਾਨੂੰ ਅਹਿਸਾਸ ਹੀ ਨਹੀਂ ਹੈ ਛੁੱਟਣ ਦਾ ਖਿਆਲ ਤਾਂ ਕੀ ਆਉਣਾ ਸੀ ਇਸੇ ਤਰ੍ਹਾਂ ਸਾਡੀ ਸ਼ਰੀਰਕ ਪਲੋਸਾ ਪਲਾਸੀ ਸ਼ਿੰਗਾਰ ਰਸ ਸਵਾਦ ਚਿਸ਼ਟਾ ਸਭ ਬੰਦਨੀਆਂ ਸਾਡੇ ਜੀਵਨ ਦਾ ਬਹੁਤਾ ਹਿੱਸਾ ਧਿਆਨ ਅਤੇ ਸਮਾਂ ਸ਼ਰੀਰ ਦੀ ਪਲੋਸਾ ਪਲਾਸੀ ਅchne ਪਛਨੇ ਪਾਲਣ ਪੋਸ਼ਣ ਹਾਰ ਸ਼ਿੰਗਾਰ ਮੇਕਅਪ ਆਦਿ ਤੇ ਜ਼ਾਇਆ ਹੁੰਦਾ ਹੈ ਸ਼ਰੀਰ ਖੋਣ ਦਾ ਅਹਿਸਾਸ ਤੇ ਇਸ ਦੀ ਵਿਸ਼ੇਸ਼ਤਾ ਦੇ ਤੁਰੇ ਉਦਾਲਹੀ ਸਾਡਾ ਮਨ ਬੁੱਧੀ ਤੇ ਧਿਆਨ ਘੁੰਮਦਾ ਰਹਿੰਦਾ ਹੈ ਇਸ ਲਈ ਸਾਡਾ ਸਰੀਰ ਵੀ ਸਾਡੇ ਬੰਧਨਾਂ ਦਾ ਇੱਕ ਕਾਰਨ ਹੈ ਨਾਨਕ ਔਗੁਣ ਜੇ ਤੜੇਤੇ ਤੇ ਗਲੀ ਜੰਜੀਰ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਏ ਭਰਮ ਪੁਲਾਇ ਜੇ ਤੇ ਰਸ ਸਰੀਰ ਕੇ ਤੇਤੇ ਲੱਗੇ ਦੁਖ ਚੌਥਾ ਹੈ ਕਰਮ ਕਾਂਡ ਤੇ ਵਹਿਮਾਂ ਦੇ ਬੰਧਨ ਇਤਨੀ ਨਵੀਨ ਵਿਦਿਆ ਧਾਰਮਿਕ ਗਿਆਨ ਤੇ ਫਿਲਾਸਫੀਆਂ ਦੇ ਹੁੰਦੇ ਹੋਇਆਂ ਅੱਜ ਵੀ ਅਸੀਂ ਪੁਰਾਣੇ ਵਹਿਮਾਂ ਦੇ ਆਧਾਰ ਤੇ ਅਨੇਕਾਂ ਕਰਮਕਾਂਡਾਂ ਤੇ ਵਹਿਮਾਂ ਵਿੱਚ ਫਸ ਕੇ ਦੁਖੀ ਹੋ ਰਹੇ ਹਾਂ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਸਾਡੇ ਵਿਦਵਾਨ ਅਤੇ ਗਿਆਨੀ ਧਿਆਨੀ ਵੀ ਇਹਨਾਂ ਵਹਿਮਾਂ ਦੇ ਬੰਦਨਾ ਤੋਂ ਛੁੱਟ ਨਹੀਂ ਸਕੇ ਅਸੀਂ ਰੀਸੋ ਰੀਸੀ ਬੱਧਾ ਚੱਟੀ ਅਣਜਾਣੇ ਬੇਲੋੜੇ ਲੋਕ ਦਿਖਾਵੇ ਲਈ ਕਰਮਕਾਂਡਾਂ ਦੇ ਬੰਦਨਾ ਵਿੱਚ ਪਏ ਰਹਿੰਦੇ ਹਾਂ ਦੂਜੇ ਲਫ਼ਜ਼ਾਂ ਵਿੱਚ ਜਿਉਂ-ਜਿਉਂ ਸਾਡੀ ਵਿਦਿਆ ਵਿਗਿਆਨ ਫਿਲਾਸਫੀ ਅਖੌਤੀ ਸਭਿਅਤਾ ਅਤੇ ਅਖੌਤੀ ਧਰਮਾਂ ਦਾ ਵਿਕਾਸ ਹੋ ਰਿਹਾ ਹੈ ਤਿਉਂ-ਤਿਉਂ ਸਾਡੀ ਸ਼ਰੀਰਕ ਮਾਨਸਿਕ ਅਤੇ ਧਾਰਮਿਕ ਅਵਸਥਾ ਨਿਕਰਦੀ ਜਾਂਦੀ ਹੈ ਅਤੇ ਅਸੀਂ ਇਹਨਾਂ ਕਿਸਮ-ਕਿਸਮ ਦੇ ਬੰਦਨਾ ਵਿੱਚ ਫਸ ਕੇ ਅਮੋਲਕ ਜੀਵਨ ਅਜਾਈਂ ਗਵਾ ਰਹੇ ਹਾਂ ਸੁਣਿਆ ਹੈ ਕਿ ਭਾਰਤ ਵਿੱਚ ਤਕਰੀਬਨ 1 ਕਰੋੜ ਅਖੌਤੀ ਸਾਧੂ ਸੰਤ ਫਕੀਰ ਔਲੀਏ ਦਿਗੰਬਰ ਗੁਰੂ ਧਰਮ ਦੇ ਠੇਕੇਦਾਰ ਬਣੇ ਫਿਰਦੇ ਹਨ ਪਰ ਉਹ ਖੁਦ ਹੀ अनेका ਕਿਸਮਾਂ ਦੇ ਫੋਕਟ ਕਰਮਕਿਰਿਆ ਦੇ ਬੰਦਨਾ ਵਿੱਚ ਫਸੇ ਹੋਏ ਹਨ ਤੇ ਹੋਰਨਾਂ ਜਗਿਆਸਾਂ ਨੂੰ ਫਸਾ ਰਹੇ ਹਨ ਗੁਰਬਾਣੀ ਵਿੱਚ ਇਹਨਾਂ ਕਰਮਕਾਂਡਾਂ ਤੇ ਵਹਿਮਾਂ ਦੀ ਤਸਵੀਰ ਇਉਂ ਖਿੱਚੀ ਗਈ ਹੈ ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿੱਚਰੇ तपे तपी सर जोगिया तीरथ गमन करे खटकर माते दुगणे पूजा करता नाये रंग न ना लग गई पार ब्रह्मता सर पर नर के जाए पाठ अर वेद बिचार्यो निवल पुयंगम सादे पंच जनास्यो संग न छुटक्यो अदक हंग बुदा दे प्यारे इन बिद मिलन न जाई मैं एक कर्म अनेका हार परियो स्वामी के द्वारे दीजे बुद विवेका ਮੋਨ ਪਯੋ ਕਰ ਪਾਤੀ ਰਯੋ ਨਗਨ ਫਿਰਯੋ ਬਨ ਮਾਹੀ ਤਟ ਤੀਰਤ ਸਪਤਾ ਤੀ ਪਰਮਿਓ ਦੂਬਧਾ ਛੁਟਕੇ ਨਾਹੀ ਮਨ ਕਾਮਨਾ ਤੀਰਤ ਜਾਏ ਬਸਿਓ ਸਿਰ ਕਰਵਤ ਰਾਏ ਮਨ ਕੀ ਮੈਲ ਨ ਉਤਰੈ ਇਹ ਭੇ ਜੇ ਲਖ ਯਤਨ ਕਰਾਇ ਕਨ ਕਾਮਨੇ ਹੈ ਵਰ ਗੈ ਵਰ ਬਹੁ ਵਿਦਾਨ ਦਾਤਾ ਰ ਅਨ ਬਸਤਰ ਭੂਮ ਬਹੁ ਅਰ ਪੈਨੈ ਮਿਲਿਏ ਹਰ ਦਵਾਰਾ ਪੂਜਾ ਅਰਚਾ ਬੰਦਨ ਡੰਡਉ ਖਟ ਕਰ ਮਾਰਤ ਰਹਤਾ हौ हाँ हौ हाँ करत बंधन में परिया न मिलिए ए जुगता जोग सिद्ध आसन चौरासी ए भी कर कर रहया वडी आर जा फिर फिर जन में हर्षियों संग ना गया काहू ले पाहन पूज तरयो सिर काहू ले लिंग गरे लटकायो काहू लख्यो हरावाची दिशा में कहू पछा को सीस निवायो को बुतान को पूजत है पस को मृतान को पूजन तायो। ਕੂਰ ਕਰਿਆ ਔਰ ਜੋ ਸਭ ਹੀ ਜ ਸ੍ਰੀ ਭਗਵਾਨ ਕੋ ਪੇਧ ਨਾ ਪਾਇਓ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿੱਸਾ ਤੇ ਬਾਕੀ ਦੇ ਜਿਹੜੇ ਬੰਦਨ ਹਨ ਉਹ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ